ਇੱਥੋਂ ਵਾਲਾ ਮੀਡੀਆ, ਇੱਥੋਂ ਵਾਲਾ ਕਿ ਸਾਡੇ ਵਾਲਾ? ਅੱਛਾ ਆਪਣੇ ਵਾਲਾ। ਰਵੀਸ਼ ਕੁਮਾਰ, ਅਭਿਸ਼ਾਰ ਸ਼ਰਮਾ, ਪ੍ਰਸੁੰਨ ਵਾਜਪਾਈ, ਉਹ ਕਮਾਲ ਹੈ। ਉਹ ਵੀ ਕਿਤੇ ਉਹ ਬਹੁਤ ਵੱਡੀ ਕੁਰਬਾਨੀ ਦੇ ਰਿਹਾ ਇਸ ਸਿਸਟਮ ਨਾਲ ਲੜਨਾ, ਉਹਨਾਂ ਦੇ ਸ਼ਹਿਰ 'ਚ ਰਹਿ ਕੇ ਜਿੱਥੇ ਮੇਰੀ ਆਵਾਜ਼ ਸੁਣਦੇ ਆ ਸਾਡੀ ਫਤਿਹ ਹੈ। ਕਦੇ ਵੀ ਪੰਜਾਬ 'ਚ ਉਹਨਾਂ ਨੂੰ ਲੋੜ ਹੋਵੇ ਸਾਡੀ, ਅਸੀਂ ਹਾਜ਼ਰ ਹਾਂ ਉਹਨਾਂ ਲਈ। ਵੀ ਆਪਾਂ ਸੰਜਮ 'ਚ ਰਹਿਣਾ, ਅਗਵਾਈ ਬਜ਼ੁਰਗਾਂ ਦੀ ਉਹ ਚੰਗੀ ਹੁੰਦੀ ਹੈ, ਜੋਸ਼ ਸਾਡਾ ਹੋਣਾ ਚਾਹੀਦਾ, ਇਹ ਜੋਸ਼ ਚੰਗੀਆਂ ਲਿਖਤਾਂ 'ਚ ਬਦਲਣਾ ਚਾਹੀਦਾ, ਸਮਾਜਿਕ ਮੀਡੀਆ 'ਤੇ ਜਾ ਕੇ ਚੰਗੀਆਂ ਗੱਲਾਂ ਕਰਨ 'ਚ ਨਿਕਲਣਾ ਚਾਹੀਦਾ, ਗਰੀਬ ਦੀ ਮਦਦ ਕਰਨ ਲਈ ਮਨ ਨੂੰ ਪ੍ਰੇਰਨਾ ਚਾਹੀਦਾ, ਆਪਸੀ ਫੁੱਟਬਾਜ਼ੀਆਂ ਛੱਡਣੀਆਂ ਪੈਣਗੀਆਂ। ਸੋ ਇਹ ਅੰਦੋਲਨ ਨੂੰ ਵਾਰ ਵਾਰ ਕਹਿੰਦਾ ਕਿਸੇ ਦੀ ਲੋੜ ਨਹੀਂ, ਅੰਦੋਲਨ ਚੱਲ ਰਿਹਾ, ਸਭ ਆਪਣੀ ਹਾਜ਼ਰੀ ਲਵਾ ਰਹੇ ਹਨ। ਜਿਹੜੇ ਨਹੀਂ ਆ ਸਕਦੇ ਉਹਨਾਂ ਨੂੰ ਵੀ ਕਦੇ ਨਿੰਦਣਾ ਨਹੀਂ, ਜੋ ਆ ਕੇ ਬਹੁਤ ਹੈ, ਹੌਲੀ ਹੌਲੀ ਸਭ ਨੇ ਤੁਰ ਪੈਣਾ। ਕਾਫਲਾ ਇੱਕੋ ਵਾਰੀ ਸ਼ੁਰੂ ਹੁੰਦਾ, ਫਿਰ ਹੌਲੀ ਹੌਲੀ ਵੱਧਦਾ ਜਾਂਦਾ। ਸੋ ਇਹ ਕਾਫਲਾ ਬਹੁਤ ਵੱਡਾ ਰੂਪ ਧਾਰ ਗਿਆ। ਅੱਜ ਤਾਂ ਸਾਨੂੰ ਤਾਂ ਐਂ ਲੱਗਦਾ ਸੀ ਵੀ ਹੁਣ ਵੋਟਾਂ ਆਉਣੀਆਂ, ਬਈ ਉਹ ਸਵਾਮੀ ਸਾਹਿਬ ਦੀ ਰਿਪੋਰਟ ਲਾਗੂ ਹੋਊਗੀ ਵੀ ਕਣਕ 7000 ਰੁਪਏ ਕੁਇੰਟਲ ਵਿਕੂਗੀ। ਇੱਥੋਂ ਵਾਲਾ ਮੀਡੀਆ, ਇੱਥੋਂ ਵਾਲਾ ਕਿ ਸਾਡੇ ਵਾਲਾ? ਅੱਛਾ ਆਪਣੇ ਵਾਲਾ। ਆਪਣੇ ਵਾਲਿਆਂ ਨਾਲ ਵੀ ਸ਼ਿਕਵਾ ਮੈਨੂੰ, ਇਹ ਵੀ ਆਪਣੀ TRP ਵਧਾਉਣ ਲਈ ਮਿੰਟੇ ਲਾਉਣੇ ਲੱਤ ਖਿੱਚਣ ਨੂੰ। ਮਤਲਬ ਮੌਕਾ ਚਾਹੀਦਾ ਵੀ ਦੋ ਬੰਦੇ ਭਿੜਿਆ ਨਾਲ ਹੀ ਚੱਕ ਦੇਣਗੇ ਫੱਟੇ, ਨਾ ਕਰਿਆ ਕਰੋ। ਅਸੀਂ ਤੁਹਾਡੀ ਇੱਜ਼ਤ ਕਰਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਚੈਨਲ ਬਹੁਤ ਵੱਡੇ ਚੈਨਲ ਬਣਨ, ਔਰ ਖਾਸ ਕਰਕੇ ਦਿੱਲੀ ਦੇ ਜਿਹੜੇ ਪੱਤਰਕਾਰ ਹੈ, ਚੰਦ ਪੱਤਰਕਾਰਾਂ ਦੇ ਮੈਂ ਨਾਂ ਜਾਣਦਾ, ਰਵੀਸ਼ ਕੁਮਾਰ, ਅਭਿਸ਼ਾਰ ਸ਼ਰਮਾ, ਪ੍ਰਸੁੰਨ ਵਾਜਪਾਈ, ਉਹ ਕਮਾਲ ਹੈ। ਉਹ ਵੀ ਕਿਤੇ ਉਹ ਬਹੁਤ ਵੱਡੀ ਕੁਰਬਾਨੀ ਦੇ ਰਿਹਾ ਇਸ ਸਿਸਟਮ ਨਾਲ ਲੜਨਾ, ਉਹਨਾਂ ਦੇ ਸ਼ਹਿਰ 'ਚ ਰਹਿ ਕੇ ਜਿੱਥੇ ਮੇਰੀ ਆਵਾਜ਼ ਸੁਣਦੇ ਆ ਸਾਡੀ ਫਤਿਹ ਹੈ। ਕਦੇ ਵੀ ਪੰਜਾਬ 'ਚ ਉਹਨਾਂ ਨੂੰ ਲੋੜ ਹੋਵੇ ਸਾਡੀ, ਅਸੀਂ ਹਾਜ਼ਰ ਹਾਂ ਉਹਨਾਂ ਲਈ, ਤੁਹਾਡੇ ਲਈ ਵੀ ਹਾਜ਼ਰ ਹੈ। ਬਸ ਲੱਤਾਂ ਨਾ ਖਿੱਚਿਆ ਕਰੋ, ਮਾੜੀ ਜਿਹੀ ਘਰ ਦੀ ਲੜਾਈ ਘਰ 'ਚ ਦੱਬ ਲੈਣੀ ਚਾਹੀਦੀ ਹੈ। ਸਾਡੀ ਸਟੇਟ ਇਹੀ ਹੈ, ਹਸੂ ਹਸੂ ਕਰਦੇ ਚਿਹਰੇ ਤੇ ਜੋਸ਼ ਠਾਟਾ ਮਾਰਦਾ, ਬੀਬੀਆਂ ਨੂੰ ਵੀ ਮੇਰੀ ਫਤਿਹ ਹੈ, ਤੁਹਾਡੇ ਵੀ ਜਿਗਰੇ। ਨਾ ਮਿਲਵਰਤਨ ਲਹਿਰ ਵੀ ਪੰਜਾਬ ਤੋਂ ਹੀ ਸ਼ੁਰੂ ਹੋਈ ਸੀ, ਕ੍ਰੈਡਿਟ ਬਹੁਤ ਹੋਰ ਲੋਕ ਲੈ ਗਏ। ਸੋ ਪੰਜਾਬੀਆਂ ਨੇ ਇਹ ਕੰਮ ਕਰਿਆ, ਬਾਕੀ ਕਿਸਾਨਾਂ ਨੂੰ ਜਗਾਉਣ ਦਾ ਕੰਮ ਕਰਿਆ, ਤੇ ਜੇ ਅਜੇ ਵੀ ਨਹੀਂ ਉੱਠੇ ਫਿਰ ਉਹਨਾਂ ਨੂੰ ਸੁੱਤੇ ਰਹਿਣਾ ਚਾਹੀਦਾ, ਉੱਠ ਖੜਨਾ ਚਾਹੀਦਾ ਹੁਣ। ਸੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।